ਬڑے ਲੰਬੇ ਸਮੇਂ ਤੋਂ ਅਬਜ਼ਰਵ ਜਦੋਂ ਕਰ ਰਹੇ ਆ ਇਹਨਾਂ ਨੂੰ ਤੁਸੀਂ ਪਾਸਟਰ ਜਾਂ ਉਹਨਾਂ ਨਾਲ ਕੰਪੇਅਰ ਨਹੀਂ ਕਰ ਸਕਦੇ ਜਿਹੜੇ ਅਜ ਤੋਂ 30 40 ਸਾਲ ਪਹਿਲਾਂ ਇੱਕ ਤਾੰਤ੍ਰਿਕ ਕਾਲਾ ਮਾਡਲ ਹੁੰਦਾ ਸੀ ਪਿੰਡਾਂ ਦੇ ਵਿੱਚ ਝਾੜਫੂਕ ਮੰਤਰ ਮਾਰ ਕੇ ਬੰਦੇ ਮਰਦੇ ਨੂੰ ਜਿੰਦੇ ਕਰਨ ਦੇ ਦਾਵੇ ਹਨਾ ਬਲੀਆਂ ਦੇਣ ਵਰਗੇ ਇਹਨਾਂ ਨੂੰ ਉਹਨਾਂ ਨਾਲ ਕੰਪੇਅਰ ਕੀਤਾ ਜਾ ਸਕਦਾ ਹੁਣ ਉਹ ਇਹ ਥੋੜਾ ਜਿਹਾ ਗਲੈਮਰਸ ਤਰੀਕੇ ਦੇ ਨਾਲ ਐਡਵਾਂਸ ਤਰੀਕੇ ਦੇ ਨਾਲ ਉਹੀ ਤਾੰਤ੍ਰਿਕ ਕਾਲਾ ਸਿਸਟਮ ਜਿਹੜਾ ਥੋੜਾ ਸੁਧਰ ਕੇ ਥੋੜਾ ਪ੍ਰੈਜੈਂਟੇਸ਼ਨ ਦੇ ਨਾਲ ਥੋੜਾ ਮਾਰਕੀਟਿੰਗ ਦੇ ਨਾਲ ਸੁਧਰ ਕੇ ਸਾਹਮਣੇ ਆਇਆ ਸੁਧਰਿਆ ਕੀ ਰੂਪ ਤੇ ਹੋਰ ਵਿਗੜਿਆ ਪਰ ਸ ਇਹਨਾਂ ਨੂੰ ਮਾਰਕੀਟਿੰਗ ਕਰਨ ਦੀ ਸਮਝ ਆ ਗਈ ਹੈ ਪ੍ਰੈਜੈਂਟੇਸ਼ਨ ਦੀ ਸਮਝ ਆ ਗਈ ਹੈ ਸੋ ਇਹ ਜਦੋਂ ਅਸੀਂ ਇਹਦੇ ਬਾਰੇ ਕਿਉਂਕਿ ਇਹਦਾ ਜਿਹੜਾ ਕਨਫਲਿਕਟ ਹੈ ਉਹ ਪੈਦਾ ਹੋ ਰਿਹਾ ਸੀ ਸਿੱਖ ਵਰਸਸ ਅਸਾਈ ਜਿਹੜਾ ਕਿ ਸੈਂਟਰ ਨੂੰ ਵੀ ਬਹੁਤ ਸੂਟ ਕਰਦਾ ਹੈ ਔਰ ਪੰਜਾਬ ਦੇ ਵਿੱਚ ਬੜੇ ਲੰਬੇ ਸਮੇ ਤੋਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਹਰ ਜਗ੍ਹਾ ਸਿੰਘ ਸਾਹਿਬ ਵੀ ਬੜੀ ਵਾਰੀ ਕਹਿ ਚੁੱਕੇ ਸੀ ਵੀ ਧਰਮ ਪਰਵਰਤਨ ਇੱਕ ਬੜਾ ਵੱਡਾ ਚੈਲੰਜ ਜਿਹੜਾ ਸਿੱਖਾਂ ਲਈ ਬਣਦਾ ਜਾ ਰਿਹਾ ਕਿਉਂਕਿ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਮਾਜੇ ਦੇ ਵਿੱਚ 6-600 ਚਰਚਾਂ ਨੇ ਸੋ ਇਹ ਇੱਕ ਜਿਹੜਾ ਪੈਰਲਲ ਸਟਰਕਚਰ ਖੜਾ ਹੋ ਰਿਹਾ ਠੀਕ ਹੈ ਉਹ ਜੇ ਤਾਂ ਇੱਕ ਉਹਦੀ ਬੁਨਿਆਦ ਜਿਹੜੀ ਹੈ ਉਹ ਕਿਸੇ ਧਰਮ ਦੀ ਚੰਗਿਆਈਆਂ ਦੀ ਬੁਨਿਆਦ ਤੇ ਖੜੀ ਹੈ ਤੇ ਫਿਰ ਤੇ ਅਸੀਂ ਆਪਣੀ ਕਮਜ਼ੋਰੀਆਂ ਵੱਲ ਝਾਤ ਮਾਰ ਜਦੋਂ ਇਹਨਾਂ ਚੀਜ਼ਾਂ ਦੀ ਜਿਹੜੀ ਇਹ ਸਾਰਾ ਕੁਝ ਸ਼ੱਕੀ ਨਜ਼ਰ ਆਉਂਦਾ ਹੈ ਉਹ ਇਹਨਾਂ ਦੀ ਜਿਹੜੀ ਬੁਨਿਆਦ ਹੈ ਉਹ ਲਾਲਚ ਦੇ ਉੱਤੇ ਗਲਤ ਪ੍ਰਚਾਰ ਦੇ ਉੱਤੇ ਔਰ ਨਫ਼ਰਤ ਫਲਾ ਕੇ ਇਹਨਾਂ ਸਾਰੀਆਂ ਚੀਜ਼ਾਂ ਤੇ ਖੜਦੀ ਹੈ ਤੇ ਫਿਰ ਇਹ ਸਾਰੀ ਪੰਜਾਬ ਦੀ ਸ਼ਾਂਤੀ ਲਈ ਵੀ ਖਤਰਾ ਬਣ ਜਾਂਦੀ ਹੈ ਪੰਜਾਬ ਦੇ ਵੱਸਣ ਵਾਲੇ ਲੋਕਾਂ ਲਈ ਵੀ ਖਤਰਾ ਹੈ ਤੇ ਦੇਸ਼ ਲਈ ਵੀ ਖਤਰਾ ਹੈ ਜਿਹੜੀ ਚੀਜ਼ ਸਭ ਤੋਂ ਇੰਟਰਸਟਿੰਗ ਕੱਲ ਦੀ ਮੀਟਿੰਗ ਤੋਂ ਬਾਅਦ ਵੀ ਸਾਹਮਣੇ ਆਈ ਸੋ ਉਸ ਤੋਂ ਬਾਅਦ ਜਦੋਂ ਅਸੀਂ ਇੱਕ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਅਸੀਂ ਇੰਟਰਫੇਰ ਦੇ ਉੱਤੇ ਬੜਾ ਕੰਮ ਕੀਤਾ ਹੋਇਆ ਇੰਟਰਫੇਰ ਡਾਇਲੌਗਸ ਦੇ ਵਿੱਚ ਜਿਹੜੇ 크ਰਿਸਚੀਅਨ ਚੰਗੇ ਲੀਡਰਸ ਨੇ ਉਹ ਪਾਰਟਿਸਿਪੇਟ ਕਰਦੇ ਰਹੇ ਨੇ ਗੁਰੂ ਅਰਜਨ ਸਾਹਿਬ ਦੇ 550 ਸਾਲਾਂ ਤੇ ਵੀ ਜਦੋਂ ਇੰਟਰਫੇਥ ਕਾਨਫਰੈਂਸ ਕਰਾਈ ਗਈ ਕਿ ਮੈਂ 10 ਦੇ ਕਰੀਬ ਇੰਟਰਫੇਥ ਕਾਨਫਰੈਂਸ ਹੋ ਚੁੱਕੀਆਂ ਲਗਭਗ ਹਰੇਕ ਕਾਨਫਰੈਂਸ ਦੇ ਵਿੱਚ ਕਿਸੇ ਨਾ ਕਿਸੇ 크੍ਰਿਸਚਨ ਲੀਡਰ ਨੇ ਜਿਹੜੀ ਹਾਮੀ ਭਰੀ ਹੈ ਔਰ ਇਸ ਤੋਂ ਪਹਿਲਾਂ ਵਰਲਡ ਚਰਚ ਕੌਂਸਲ ਨੇ ਜਨੇਵਾ ਦੇ ਵਿੱਚ ਵੀ ਇੱਕ ਗੁਰਨਾਨਕ ਸਾਹਿਬ ਦੇ 550 ਸਾਲਾਂ ਦੇ ਉੱਤੇ ਇੱਕ ਸੈਮੀਨਾਰ ਕਰਾਇਆ ਸੀ ਜਿਹਦੇ ਵਿੱਚੋਂ ਵੀ ਸਾਡੀ ਆਰਗੇਨਾਈਜੇਸ਼ਨ ਵੱਲੋਂ ਵੀਰ ਪਰਮਪਾਲ ਸਿੰਘ ਜਣੀ ਉਹਨਾਂ ਨੇ ਜਾ ਕੇ ਰਿਪਰੈਜ਼ੈਂਟ ਕੀਤਾ ਸੀ ਉਦੋਂ ਵੀ ਜਦੋਂ ਅਸੀਂ ਉਹਨਾਂ ਨੇ ਇਹ ਸਵਾਲ ਪੁੱਛੇ ਸੀ ਵੀ ਆਰਗੇਨਾਈਜੇਸ਼ਨ ਦੇ ਪੱਖ ਤੋਂ ਵੀ ਆ ਜੋ ਕੁਝ ਪੰਜਾਬ 'ਚ ਚੱਲ ਰਿਹਾ ਹੈ ਉਹ ਕਹਿੰਦੇ ਵੀ ਇਹਦਾ ਇਸਾਈਅਤ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਚੈਲੰਜ ਤੁਹਾਨੂੰ ਜਿਵੇਂ ਸਾਨੂੰ ਸਿੱਖਾਂ ਚ ਡੇਰਿਆਂ ਦੇ ਚੈਲੰਜਸ ਨੇ ਹਨਾ ਉਹ ਆਪਣਾ ਅਲੱਗ ਸਟੀਮ ਲਾਈਨ ਫਾਲੋ ਕਰਦੇ ਨੇ ਇਦਾਂ ਹੀ ਉਹ ਕਹਿੰਦੇ ਵੀ ਇਹਨਾਂ ਦਾ ਇਸਾਈਅਤ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਇੱਕ ਜੇ ਕਿਸੇ ਨੇ ਈਵਨ ਕਿਸੇ ਨੇ ਸਧਾਰਨ ਤੌਰ ਤੇ 크੍ਰਿਸਚਨਲੀ ਕਨਵਰਟ ਵੀ ਹੋਣਾ ਤੇ ਉਹਦਾ ਵੀ ਇੱਕ ਬੜਾ ਲੰਮਾ ਚੜਾ ਪ੍ਰੋਸੈਸ ਹੈ ਤੇ ਜਿਹੜੇ ਆਪਣੇ ਆਪ ਨੂੰ ਪਾਸਟਰ ਜਾਂ ਪ੍ਰੋਫਿਟ ਕਹਿ ਰਹੇ ਨੇ ਇਹਦਾ ਪ੍ਰੋਸੈਸ ਤਾਂ ਇਹ ਸਾਰੀ ਜ਼ਿੰਦਗੀ ਕਦੀ ਪੂਰਾ ਹੀ ਨਹੀਂ ਕਰ ਸਕਦੇ ਦੂਸਰੀ ਗੱਲ ਇਹ ਹੈ ਵੀ ਜੇ ਕੋਈ ਪਾਸਟਰ ਹੈ ਫਿਰ ਉਹ ਇਹ ਪੱਗ ਕਿਉਂ ਬਨ ਰਿਹਾ ਉਹ ਨਾ ਸਿੱਖਾਂ ਵਾਲਾ ਕਿਉਂ ਵਰਤ ਰਿਹਾ ਸੋ ਜਦੋਂ ਇਹ ਸਾਰੇ ਸਵਾਲ ਉਹਨਾਂ ਨੂੰ ਪੁੱਛੇ ਤਾਂ ਉਹਨਾਂ ਨੇ ਇੱਕ 10 ਪੰਨਿਆਂ ਦੀ ਜਿਹੜੀ ਸੀਆਈ ਪੀਬੀਸੀ ਦੀ ਜਨਰਲ ਕਾਉਂਸਲ ਹੈ ਉਹਨਾਂ ਨੇ 10 ਪੰਨਿਆਂ ਦਾ ਇੱਕ ਕਲੈਰੀਫਿਕੇਸ਼ਨ ਲੈਟਰ ਸਾਨੂੰ ਭੇਜੀ ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਕਿਸੇ ਵੀ ਹਾਲਤ ਆਪਣੇ ਆਪ ਨੂੰ ਪ੍ਰੋਫਿਟ ਜਾਂ ਪਾਸਟਰ ਕਹਿਣ ਦਾ ਦਾਵਾ ਜਿਹੜਾ ਕਰ ਰਹੇ ਨੇ ਇਹ ਬਿਲਕੁਲ ਸਾਈਅਤ ਦੇ ਉਲਟ ਹੈ ਔਰ ਅੱਜ ਚਰਚਾਂ ਦੇ ਵੱਡੇ ਵੱਡੇ ਬੋਰਡ ਲਾ ਕੇ ਕਹਿੰਦੇ ਅਸੀਂ ਇਹ ਤਾਂ ਕਰ ਰਹੇ ਆ ਵੀ ਉਹ ਆਪ ਵੀ ਨਕਲੀ ਨੇ ਤੇ ਜਿਨ੍ਹਾਂ ਨੂੰ ਬਣਾ ਰਹੇ ਨੇ ਉਹ ਵੀ ਨਕਲੀ ਸਾਈਅਤ ਬਣਾ ਰਹੇ ਜਿਹੜੀ ਇੰਟਰਸਟਿੰਗ ਜਿਹੜੇ ਕਹਿ ਰਹੇ ਨੇ ਵੀ ਅਸੀਂ ਇਸਾਈ ਬਣ ਰਹੇ ਆ ਆਪਣੀ ਮਰਜ਼ੀ ਨਾਲ ਬਣ ਰਹੇ ਜਿਹੜੇ ਬਣਾ ਰਹੇ ਨੇ ਉਹ ਵੀ ਨਕਲੀ ਇਸਾਈ ਨੇ ਜਿਹੜੇ ਬਣ ਰਹੇ ਨੇ ਉਹ ਵੀ ਨਕਲੀ ਇਸਾਈ ਬਣ ਰਹੇ ਨੇ ਤਾਂ ਉਹ ਸਿੱਧੇ ਤੌਰ ਤੇ ਉਸ ਪਾਸਟਰ ਦੇ ਡੇਰੇ ਨਾਲ ਜੁੜ ਰਹੇ ਨੇ ਜੇ ਸੌਖਾ ਸਮਝਣਾ ਉਹਨੇ ਇਸਾਈਅਤ ਦੇ ਨਾਂ ਤੇ ਡੇਰਾ ਖੋਲਿਆ ਜਿਹਨੂੰ ਜਿਹਦੀ ਪ੍ਰਵਾਨਗੀ ਇਸਾਈਅਤ ਵੀ ਨਹੀਂ ਦਿੰਦੀ ਸੋ ਇਹ ਜਦੋਂ ਉਹਨਾਂ ਦੀ ਕਲੈਰੀਫਿਕੇਸ਼ਨ ਲੈਟਰ ਜਦੋਂ ਅਸੀਂ 10 ਪੰਨਿਆਂ ਦੀ ਪੜ੍ਹੀ ਤਾਂ ਸਾਨੂੰ ਲੱਗਾ ਵੀ ਸਾਡੀਆਂ ਤੇ ਉਹਨਾਂ ਦੀਆਂ ਚਿੰਤਾਵਾਂ ਲਗਭਗ ਮਿਲਦੀਆਂ ਜੁਲਦੀਆਂ ਹਨ ਉਹ ਵੀ ਇਹਨਾਂ ਦੇ ਉੱਤੇ ਉਹਨਾਂ ਨੇ ਕੋਈ ਧਾਰਮਿਕ ਐਕਸ਼ਨ ਨਹੀਂ ਬਲਕਿ ਉਹਨਾਂ ਨੇ ਕਿਹਾ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਇਹ ਸਾਰੇ ਜੇਲ੍ਹਾਂ 'ਚ ਹੋਣੇ ਚਾਹੀਦੇ ਆ ਵੀ ਇਹ ਇਸਾਈਤ ਨੂੰ ਬਦਨਾਮ ਕਰ ਰਹੇ ਨੇ ਔਰ ਸਿੱਖ ਵਰਸਸ ਇਸਾਈ ਦਾ ਜਿਹੜਾ ਇਸ਼ੂ ਪੰਜਾਬ 'ਚ ਕ੍ਰੀਏਟ ਕਰਕੇ ਇਹ ਇਥੋਂ ਤੱਕ ਕੀ ਵੀ ਜਿਹੜੇ ਉਹਨਾਂ ਦੇ ਜਨਰਲ ਕੌਂਸਲ ਦੇ ਸੈਕਟਰੀ ਸੀਗੇ ਮਧੁਲਿਕਾ ਜੀ ਮੈਡਮ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਹਿਸਾਬ ਨੇ ਉਹਨਾਂ ਨੇ ਤਾਂ ਇਹ ਕਿਹਾ ਵੀ ਇਹਨਾਂ ਨੂੰ ਫੋਰਨ ਫੰਡਿੰਗ ਹੋ ਰਹੀ ਹੈ ਔਰ ਇਹ ਫੋਰਨ ਫੰਡਿੰਗ ਆਊਟ ਆਫ ਇੰਡੀਆ ਇੰਡੀਆ 'ਚ ਡਿਸਟਰਬੈਂਸ ਕ੍ਰੀਏਟ ਕਰਨ ਲਈ ਹੋ ਰਹੀ ਹੈ ਇਸੇ ਕਰਕੇ ਇਹਨਾਂ ਨੂੰ ਬਾਰਡਰ ਏਰੀਆ ਦਿੱਤਾ ਗਿਆ ਤਾਂ ਇਹ ਇਕੱਲੇ ਸਿੱਖਾਂ ਲਈ ਜਾਂ ਪੰਜਾਬ ਲਈ ਨਹੀਂ ਸੈਂਟਰ ਗਵਰਨਮੈਂਟ ਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਇਹ ਦੇਸ਼ ਲਈ ਖਤਰਾ ਨੇ ਇਹ ਉਹ ਉਹਨਾਂ ਦਾ ਦਾਵਾ ਇਹ ਆ ਵੀ ਜਿਹੜੀਆਂ ਭਾਰਤ ਵਿਰੋਧੀ ਦੇਸ਼ ਆਪਣੇ ਏਜੰਟਾਂ ਨੂੰ ਆਪਣੀ ਫੋਰਨ ਫੰਡਿੰਗ ਨਾਲ ਇੱਥੇ ਪਸਾਰਾ ਕਰਵਾ ਕੇ ਆਪਣੀ ਏਜੰਟੀ ਕਰਵਾ ਰਹੇ ਇਹ ਸਾਰੀ ਉਹਨਾਂ ਦੀ ਪਦائش ਹੈ ਤੇ ਇਹ ਮੈਨੂੰ ਲੱਗਦਾ ਐਡਾ ਵੱਡਾ ਡੈਲੀਗੇਸ਼ਨ ਇੱਥੇ ਤਾਂ ਕੀੜੀ ਵੀ ਹਿਲਦੀ ਆ ਤਾਂ ਇਹ ਦੇਸ਼ ਦੇ ਦੇਸ਼ ਦੀ ਏਕਤਾ ਖੰਡਤਾਂ ਨੂੰ ਇਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ 16 ਅਗਸਤ ਨੂੰ ਜਦੋਂ ਪੈਰਲਰ ਸਿਰਫ ਅਰਦਾਸ ਰਖਾਈ ਗਈ ਸੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਐ ਲੱਗਣ ਲੱਗ ਪਏ ਸੀ ਵੀ ਸਾਡੀ ਏਕਤਾ ਖੰਡਤਾ ਨੂੰ ਖਤਰਾ ਹੋ ਗਿਆ ਇੱਥੇ ਫੋਰਨ ਫੰਡਿੰਗ ਨਾਲ ਖੁਦ ਸਾਈ ਜਿਹੜੇ ਉਹਨਾਂ ਦੀ ਜਿਹੜੀ ਬਾਡੀ ਕੱਲ ਪਹੁੰਚੀ ਸੀ ਜਿਹੜੇ ਡੈਲੀਗੇਸ਼ਨ ਪਹੁੰਚਿਆ ਸੀ ਉਹਨਾਂ ਦੀ ਬਾਡੀ ਜਿਹੜੀ ਆ ਉਹ 200 ਸਾਲ ਪੁਰਾਣੀ ਹੈ ਠੀਕ ਹੈ ਔਰ ਉਹ অথੈਨਟਿਕ ਬਾਡੀ ਹੈ ਔਰ ਜਿਵੇਂ ਐਜੀਪੀਸੀ ਇੱਕ ਲੀਗਲ ਬਾਡੀ ਹੈ ਉਵੇਂ ਉਹ 크ਿਸਚਨ ਦੀ ਲੀਗਲ ਬਾਡੀ ਹੈ ਜਿਹਨੂੰ ਆਪਾਂ ਐਂਜਲਿਕਨ ਚਰਚ ਕਹਿ ਦਿੰਦੇ ਆ ਉਹਨਾਂ ਦੇ ਜਿਹੜੇ 22 ਦੇਸ਼ਾਂ ਦੇ ਇਨਚਾਰਜ ਨੇ ਔਰ ਇੰਡੀਆ ਹੈੱਡ ਨੇ ਜਿਹੜੇ ਸੈਮੂਲ ਪੀ ਪ੍ਰਕਾਸ਼ ਉਹ ਆਏ ਨਾਲ ਔਰ ਇਹਨਾਂ ਦੇ ਚੰਡੀਗੜ੍ਹ ਤੋਂ ਇੱਕ ਪਾਸਟਰ ਸਗੇ ਔਰ ਜਿਹੜੇ ਪੀਬੀਸੀ ਜਨਰਲ ਕੌਂਸਲ ਦੇ ਜਿਹੜੇ ਸੈਕਟਰੀ ਨੇ ਮੈਡਮ ਮੋਦੂਲਿਕਾ ਜੀ ਉਹ ਆਏ ਨੇ ਔਰ ਉਹ ਕਹਿ ਰਹੇ ਨੇ ਵੀ ਇਹ ਦੇਸ਼ ਲਈ ਖਤਰਾ ਨੇ ਹੁਣੇ ਹੁਣ ਸੈਂਟਰ ਗਵਰਨਮੈਂਟ ਦੇ ਕੰਨ ਨਹੀਂ ਖੋਲਦੇ ਹੁਣ ਏਕਤਾ ਖੰਡ ਤਾਂ ਨੂੰ ਕੋਈ ਖਤਰਾ ਨਹੀਂ ਨਜ਼ਰ ਆ ਰਿਹਾ